ਪੰਜਾਬ ਵਿੱਚ ਭਾਰਤ ਜੋੜੋ ਯਾਤਰਾ ਪਹੁੰਚਣ ਤੋਂ ਪਹਿਲਾਂ ਰਾਹੁਲ ਗਾਂਧੀ ਨੇ ਕਈ ਅਹਿਮ ਖੁਲਾਸੇ ਕਰ ਦਿੱਤੇ ਨੇ ਉਹਨਾਂ ਵਿਰੋਧੀਆਂ ਤੇ ਤੰਜ ਵੀ ਕੱਸੇ ਨੇ ਤੇ ਨਾਲ ਹੀ ਟੀ-ਸ਼ਰਟ ਨੂੰ ਲੈ ਕੇ ਰਾਹੁਲ ਗਾਂਧੀ ਕਾਫੀ ਟਰੋਲ ਹੋਏ ਸਨ ਉਸ ਨੂੰ ਲੈ ਕੇ ਵੀ ਰਾਹੁਲ ਗਾਂਧੀ ਨੇ ਟਰੋਲਰਜ਼ ਨੂੰ ਜਵਾਬ ਦਿੱਤਾ 7 ਸਤੰਬਰ ਨੂੰ ਸ਼ੁਰੂ ਹੋਈ ਭਾਰਤ ਜੋੜੋ ਯਾਤਰਾ ਰਾਹੁਲ ਗਾਂਧੀ ਵੱਲੋਂ ਕੀਤੀ ਗਈ ਸੀ ਸ਼ੁਰੂਆਤ ਕੀਤੀ ਗਈ ਸੀ ਜੋ ਕਿ ਹੁਣ ਦਿੱਲੀ ਪਹੁੰਚ ਗਈ ਹੈ ਤੇ ਇਸ ਤੋਂ ਬਾਅਦ 11 ਜਨਵਰੀ ਨੂੰ ਭਾਰਤ ਜੋੜੋ ਯਾਤਰਾ ਪੰਜਾਬ ਵਿੱਚ ਪਹੁੰਚੇਗੀ। ਪੰਜਾਬ ਵਿੱਚ ਭਾਰਤ ਜੋੜੋ ਯਾਤਰਾ ਪਹੁੰਚਣ ਤੋਂ ਪਹਿਲਾਂ ਹੀ ਰਾਹੁਲ ਗਾਂਧੀ ਨੇ ਕਈ ਅਹਿਮ ਖੁਲਾਸੇ ਕਰ ਦਿੱਤੇ ਨੇ। ਵਿਰੋਧੀਆਂ ਤੇ ਰਾਹੁਲ ਗਾਂਧੀ ਨੇ ਤੰਜ ਵੀ ਕਸੇ ਨੇ ਤੇ ਨਾਲ ਹੀ ਟੀ-ਸ਼ਰਟ ਨੂੰ ਲੈ ਕੇ ਉਹਨਾਂ ਨੂੰ ਕਾਫੀ ਟਰੋਲ ਕੀਤਾ ਗਿਆ ਸੀ। ਉਹਨਾਂ ਟਰੋਲਰਸ ਨੂੰ ਵੀ ਰਾਹੁਲ ਗਾਂਧੀ ਨੇ ਜਵਾਬ ਦੇ ਦਿੱਤਾ ਹੈ। 7 ਸਤੰਬਰ ਨੂੰ ਭਾਰਤ ਜੋੜੋ ਯਾਤਰਾ ਰਾਹੁਲ ਗਾਂਧੀ ਵੱਲੋਂ ਸ਼ੁਰੂ ਕੀਤੀ ਗਈ ਸੀ ਜੋ ਕਿ ਫਰਵਰੀ ਵਿੱਚ ਜੰਮੂ ਐਂਡ ਕਸ਼ਮੀਰ ਦੇ ਵਿੱਚ ਸਮਾਪਤ ਹੋਵੇਗੀ ਫਿਲਹਾਲ ਯਾਤਰਾ ਦਿੱਲੀ ਵਿੱਚ ਪਹੁੰਚ ਗਈ ਹੈ ਤੇ 11 ਜਨਵਰੀ ਨੂੰ ਇਹ ਯਾਤਰਾ ਪੰਜਾਬ ਵਿੱਚ ਪਹੁੰਚੇਗੀ ਪਰ ਪੰਜਾਬ ਵਿੱਚ ਪਹੁੰਚਣ ਤੋਂ ਪਹਿਲਾਂ ਹੀ ਰਾਹੁਲ ਗਾਂਧੀ ਨੇ ਦਿੱਲੀ ਵਿੱਚ ਪ੍ਰੈਸ ਕਾਨਫਰੰਸ ਵਿੱਚ ਕਈ ਸਵਾਲਾਂ ਦੇ ਜਵਾਬ ਵੀ ਦਿੱਤੇ ਨੇ ਇਸ ਪ੍ਰੈਸ ਕਾਨਫਰੰਸ ਦੇ ਵਿੱਚ ਰਾਹੁਲ ਗਾਂਧੀ ਨੂੰ ਜੋ ਪਹਿਲਾ ਸਵਾਲ ਕੀਤਾ ਗਿਆ ਉਹ ਇਹ ਕੀਤਾ ਗਿਆ ਕਿ ਭਾਰਤ ਜੋੜੋ ਯਾਤਰਾ ਦੁਨਾਨ ਰਾਹੁਲ ਗਾਂਧੀ ਨੂੰ ਕਈ ਲੋਕਾਂ ਨਾਲ ਮੁਲਾਕਾਤ ਕੀਤੀ ਰਾਹੁਲ ਗਾਂਧੀ ਨੇ ਲੋਕਾਂ ਨੇ ਉਹਨਾਂ ਨੂੰ ਕਈ ਸਮੱਸਿਆਵਾਂ ਦੱਸੀਆਂ ਬੇਰੋਜ਼ਗਾਰੀ ਨਾਲ ਭ੍ਰਸ਼ਟਾਚਾਰ ਨਾਲ ਸੰਬੰਧਿਤ ਜਾਂ ਫਿਰ ਵਿਕਾਸ ਨੂੰ ਲੈ ਕੇ ਕਈ ਸਮੱਸਿਆਵਾਂ ਦਸੀਆਂ ਤੇ ਇਹ ਪੁੱਛਿਆ ਗਿਆ ਰਾਹੁਲ ਗਾਂਧੀ ਨੂੰ ਕਿ ਸਰਕਾਰ ਦੇ ਇਸ ਕਾਰਜਕਾਲ ਨੂੰ ਉਹ ਕਿਸ ਤਰ੍ਹਾਂ ਦੇਖਦੇ ਨੇ ਇਸ ਤੋਂ ਬਾਅਦ ਫਿਰ ਰਾਹੁਲ ਗਾਂਧੀ ਨੇ ਆਪਣੇ ਜਵਾਬ ਵਿੱਚ ਕਿਹਾ ਕਿ ਸਰਕਾਰ ਨੇ ਕਈ ਅਜਿਹੇ ਫੈਸਲੇ ਲਏ ਜੋ ਲੋਕ ਹਿੱਤ ਵਿੱਚ ਨਹੀਂ ਸੀਗੇ ਭਾਵੇਂ ਉਹ ਨੋਟਬੰਦੀ ਹੋਵੇ ਜੀਐਸਟੀ ਹੋਵੇ ਇਸ ਕਾਰਨ ਲੋਕਾਂ ਨੂੰ ਕਈ ਸਮੱਸਿਆਵਾਂ ਆਈਆਂ ਜੋ ਕੇਂਦਰ ਸਰਕਾਰ ਵੱਲੋਂ ਜਿਹੜੇ ਫੈਸਲੇ ਲਏ ਗਏ ਲੋਕਾਂ ਨੇ ਕਈ ਪਰੇਸ਼ਾਨੀਆਂ ਦਾ ਸਾਹਮਣਾ ਕੀਤਾ ਪਰ ਹੁਣ ਇਹ ਭਾਰਤ ਜੋੜੋ ਯਾਤਰਾ ਜੋ ਹੈ ਉਹ ਲੋਕਾਂ ਨੂੰ ਇੱਕ ਨਵੀਂ ਦਿਸ਼ਾ ਦਵੇਗੀ ਨਵੀਂ ਸੋਚ ਦਵੇਗੀ ਜੋ ਭਾਰਤ ਦੇ ਵਿਕਾਸ ਵਿੱਚ ਬਹੁਤ ਹੀ ਅਹਿਮ ਯੋਗਦਾਨ ਰੱਖਦੀ ਹੈ ਇਸ ਤੋਂ ਬਾਅਦ ਦੂਸਰਾ ਸਵਾਲ ਰਾਹੁਲ ਗਾਂਧੀ ਨੂੰ ਇਹ ਕੀਤਾ ਗਿਆ ਕਿ ਸਰਕਾਰ ਵੱਲੋਂ ਕਈ ਪਾਬੰਦੀਆਂ ਲਗਾਈਆਂ ਗਈਆਂ ਨੇ ਇੱਕ ਪ੍ਰੋਟੋਕੋਲ ਹੈ ਜਿਸ ਦੇ ਮੁਤਾਬਕ ਰਾਹੁਲ ਗਾਂਧੀ ਨੂੰ ਚੱਲਣਾ ਚਾਹੀਦਾ ਹੈ ਕਿ ਜਿਹੜੀ ਉਹ ਯਾਤਰਾ ਕਰ ਰਹੇ ਨੇ ਉਸ ਯਾਤਰਾ ਉਹਨਾਂ ਨੂੰ ਉਹ ਯਾਤਰਾ ਜਿਹੜੀ ਹੈ ਉਹ ਇੱਕ ਬੁਲੇਟ ਪ੍ਰੂਫ ਗੱਡੀ ਦੇ ਵਿੱਚ ਕਰਨੀ ਚਾਹੀਦੀ ਹੈ ਪਰ ਇਸ ਦੇ ਜਵਾਬ ਵਿੱਚ ਰਾਹੁਲ ਗਾਂਧੀ ਨੇ ਕਿਹਾ ਕਿ ਉਹ ਆਪਣੀ ਯਾਤਰਾ ਬੁਲੇਟ ਪ੍ਰੂਫ ਗੱਡੀ ਦੇ ਵਿੱਚ ਨਹੀਂ ਕਰ ਸਕਦੇ ਐ ਬਿਲਕੁਲ ਵੀ ਅਸੈਪਟੇਬਲ ਨਹੀਂ ਹੈ ਲੋਕਾਂ ਦੇ ਵਿੱਚ ਉਹ ਆਪ ਜਾ ਕੇ ਲੋਕਾਂ ਨਾਲ ਗੱਲਬਾਤ ਕਰ ਰਹੇ ਨੇ ਅਤੇ ਅੱਗੇ ਵੀ ਰੰਦੀ ਯਾਤਰਾ ਦੇ ਵਿੱਚ ਕਰਨਗੇ ਇਹ ਇੱਕ ਗੱਡੀ ਵਿੱਚ ਬੈਠ ਕੇ ਕਰਨ ਵਾਲਾ ਕੰਮ ਨਹੀਂ ਹੈ ਉਹਨਾਂ ਨੇ ਕਿਹਾ ਕਿ ਜਦੋਂ ਭਾਜਪਾ ਦੇ ਆਗੂ ਆਪਣੀਆਂ ਗੱਡੀਆਂ ਵਿੱਚੋਂ ਉਤਰਦੇ ਨੇ ਮੁਲਾਕਾਤ ਕਰਦੇ ਨੇ ਲੋਕਾਂ ਨਾਲ ਉਹਨਾਂ ਦਾ ਵੀ ਇਹ ਪ੍ਰੋਟੋਕੋਲ ਉਹਨਾਂ ਵੱਲੋਂ ਵੀ ਇਹ ਪ੍ਰੋਟੋਕੋਲ ਜਿਹੜਾ ਹੈ ਉਹ ਤੋੜਿਆ ਜਾਂਦਾ ਹੈ ਤੇ ਉਸ ਵੇਲੇ ਇਹ ਹੰਗਾਮਾ ਕਿਉਂ ਨਹੀਂ ਮਚਾਇਆ ਜਾਂਦਾ ਉਹਨਾਂ ਨਾਲ ਹੀ ਰਾਹੁਲ ਗਾਂਧੀ ਨਾਲ ਹੀ ਕਿਉਂ ਹੈ ਵਿਤਕਰਾ ਕੀਤਾ ਜਾ ਰਿਹਾ ਇਸ ਤੋਂ ਬਾਅਦ ਰਾਹੁਲ ਗਾਂਧੀ ਨੂੰ ਤੀਸਰਾ ਸਵਾਲ ਉਹਨਾਂ ਦੀ ਟੀ-ਸ਼ਰਟ ਨੂੰ ਲੈ ਕੇ ਕੀਤਾ ਗਿਆ ਰਾਹੁਲ ਗਾਂਧੀ ਇਸ ਭਾਰਤ ਜੋੜੋ ਯਾਤਰਾ ਵਿੱਚ ਸਿਰਫ ਇੱਕ ਟੀ-ਸ਼ਰਟ ਵਿੱਚ ਦਿਖਾਈ ਦਿੱਤੇ ਉਹਨਾਂ ਨੇ ਪੂਰੀ ਯਾਤਰਾ ਜਿਹੜੀ ਹੈ ਹੁਣ ਤੱਕ ਦੀ ਉਹ ਟੀ-ਸ਼ਰਟ ਵਿੱਚ ਕਰ ਦਿੱਤੀ ਲੋਕਾਂ ਨੇ ਉਹਨਾਂ ਨੂੰ ਕਾਫੀ ਟਰੋਲ ਟਰੋਲ ਵੀ ਕੀਤਾ ਜਿਸ ਨੂੰ ਲੈ ਕੇ ਸਵਾਲ ਪੁੱਛਿਆ ਗਿਆ ਕਿ ਉਹ ਇੱਕ ਟੀ-ਸ਼ਰਟ ਦੇ ਵਿੱਚ ਹੀ ਸਾਰੀ ਯਾਤਰਾ ਕਿਸ ਤਰ੍ਹਾਂ ਕਰ ਰਹੇ ਨੇ ਤੇ ਇਸ ਦਾ ਜਵਾਬ ਦਿੰਦੇ ਹੋਏ ਰਾਹੁਲ ਗਾਂਧੀ ਨੇ ਕਿਹਾ ਕਿ ਪਹਿਲਾ ਤਾਂ ਉਹਨਾਂ ਨੇ ਇੱਕ ਮਜ਼ਾਕੀਆ ਢੰਗ ਦੇ ਵਿੱਚ ਇਸ ਸਵਾਲ ਨੂੰ ਟਾਲ ਦਿੱਤਾ ਪਰ ਬਾਅਦ ਵਿੱਚ ਉਹਨਾਂ ਨੇ ਕਿਹਾ ਕਿ ਉਹਨਾਂ ਨੂੰ ਸਰਦੀ ਮਹਿਸੂਸ ਨਹੀਂ ਹੁੰਦੀ ਉਹ ਸਰਦੀ ਤੋਂ ਡਰਦੇ ਨਹੀਂ ਨੇ ਇਸ ਕਰਕੇ ਉਹ ਟੀ-ਸ਼ਰਟ ਪਾ ਕੇ ਰੱਖਦੇ ਨੇ ਅਜੇ ਵੀ ਉਹਨਾਂ ਨੇ ਪਾਈ ਹੋਈ ਹੈ ਸਰਦੀ ਤੋਂ ਡਰ ਨਹੀਂ ਲੱਗਦਾ ਉਹ ਜ਼ਿਆਦਾ ਸਰਦੀ ਮਹਿਸੂਸ ਨਹੀਂ ਕਰਦੇ ਤੇ ਜਦੋਂ ਵੀ ਉਹਨਾਂ ਨੂੰ ਸਰਦੀ ਮਹਿਸੂਸ ਹੋਵੇਗੀ ਤਾਂ ਉਹ ਟੀ-ਸ਼ਰਟ ਦੀ ਬਜਾਏ ਉਹ ਸਵੈਟਰ ਪੈਣਾ ਸ਼ੁਰੂ ਕਰ ਦੇਣਗੇ ਇਸ ਤੋਂ ਇਲਾਵਾ ਉਹਨਾਂ ਨੂੰ ਇੱਕ ਹੋਰ ਸਵਾਲ ਕੀਤਾ ਗਿਆ ਜਿਹਦੇ ਵਿੱਚ ਪੁੱਛਿਆ ਗਿਆ ਕਿ ਭਾਰਤ ਜੋੜੋ ਯਾਤਰਾ ਦੌਰਾਨ ਉਹਨਾਂ ਨੇ ਕਈ ਲੋਕਾਂ ਨਾਲ ਮੁਲਾਕਾਤ ਕੀਤੀ ਉਹਨਾਂ ਦੀਆਂ ਸਮੱਸਿਆਵਾਂ ਸੁਣੀਆਂ ਤੇ ਜੇਕਰ ਉਹ ਇਸ ਸਮੇਂ ਪ੍ਰਧਾਨ ਮੰਤਰੀ ਹੁੰਦੇ ਦੇਸ਼ ਦੇ ਤਾਂ ਉਹ ਕੀ ਕਰਦੇ ਲੋਕਾਂ ਦੀਆਂ ਸਮੱਸਿਆਵਾਂ ਦਾ ਕਿਵੇਂ ਹੱਲ ਕਰਦੇ ਇਸ ਸਵਾਲ ਦੇ ਜਵਾਬ ਵਿੱਚ ਰਾਹੁਲ ਗਾਂਧੀ ਨੇ ਕਿਹਾ ਕਿ ਉਹ ਇੱਕ ਪ੍ਰਧਾਨ ਮੰਤਰੀ ਦੇ ਤੌਰ ਤੇ ਤਾਂ ਨਹੀਂ ਬਲਕਿ ਉਹ ਆਪਣੇ ਨਿੱਜੀ ਤੌਰ ਤੇ ਇੱਕ ਨਾਗਰਿਕ ਦੇ ਤੌਰ ਤੇ ਇਹ ਸਮਝਦੇ ਨੇ ਕਿ ਪਹਿਲਾਂ ਉਹ ਇਹ ਸਮਝਦੇ ਸਨ ਕਿ ਐਜੂਕੇਸ਼ਨ ਸਿਸਟਮ ਜੋ ਹੈ ਉਸ ਦਾ ਜਿਹੜਾ ਸਟਰਕਚਰ ਹੈ ਉਹ ਸਹੀ ਨਹੀਂ ਹੈ এডੂਕੇਸ਼ਨ ਸਿਸਟਮ ਕੰਮ ਤਾਂ ਕਰ ਰਿਹਾ ਹੈ ਪਰ ਉਸ ਦਾ ਸਟਰਕਚਰ ਠੀਕ ਨਹੀਂ ਹੈ ਪਰ ਹੁਣ ਉਹਨਾਂ ਦਾ ਮੰਨਣਾ ਇਹ ਹੈ ਕਿ ਐਜੂਕੇਸ਼ਨ ਸਿਸਟਮ ਇਸ ਸਮੇਂ ਕੰਮ ਹੀ ਨਹੀਂ ਕਰ ਰਿਹਾ ਉਹਨਾਂ ਨੇ ਕਿਹਾ ਕਿ ਆਪਣੇ ਇਸ ਭਾਰਤ ਜੋੜੋ ਯਾਤਰਾ ਦੇ 108 ਦਿਨਾਂ ਦੇ ਵਿੱਚ ਉਹਨਾਂ ਨੇ ਕਈ ਬੱਚਿਆਂ ਨਾਲ ਮੁਲਾਕਾਤ ਕੀਤੀ ਹਜ਼ਾਰਾਂ ਬੱਚਿਆਂ ਨਾਲ ਮੁਲਾਕਾਤ ਕੀਤੀ ਪਰ ਉਹਨਾਂ ਬੱਚਿਆਂ ਵਿੱਚੋਂ ਕੁਝ ਹੀ ਬੱਚਿਆਂ ਨੇ ਇਹ ਕਿਹਾ ਕਿ ਇੱਕ ਬੱਚੇ ਨੇ ਇਹ ਕਿਹਾ ਕਿ ਉਹ ਬਿਜ਼ਨਸ ਕਰਨਾ ਚਾਹੁੰਦਾ ਹੈ ਤੇ ਕਿਸੇ ਨੇ ਕਿਹਾ ਕਿ ਉਹ ਮਕੈਨਿਕ ਪਰ ਜ਼ਿਆਦਾਤਰ ਬੱਚਿਆਂ ਨੇ ਇਹ ਕਿਹਾ ਕਿ ਉਹ ਡਾਕਟਰ ਬੰਨਾ ਚਾਹੁੰਦੇ ਨੇ ਲॉयर ਬੰਨਾ ਚਾਹੁੰਦੇ ਨੇ ਆਈਐਸ ਅਫੀਸਰ ਬੰਨਾ ਚਾਹੁੰਦੇ ਨੇ ਪਰ ਰਾਹੁਲ ਗਾਂਧੀ ਨੇ ਕਿਹਾ ਕਿ ਬੱਚਿਆਂ ਨੂੰ ਰਿਐਲਿਟੀ ਤੋਂ ਜਾਣੂ ਕਰਵਾਉਣਾ ਬਹੁਤ ਜ਼ਰੂਰੀ ਹੈ ਕਿਉਂਕਿ ਉਹਨਾਂ ਦਾ ਬੰਨਾ ਡਾਕਟਰ ਬੰਨਾ ਜਾਂ ਲੋਅਰ ਬੰਨਾ ਜਾਂ ਫਿਰ ਆਈਐਸ ਅਫੀਸਰ ਬੰਨਾ ਇੰਨਾ ਆਸਾਨ ਨਹੀਂ ਹੈ ਰਾਹੁਲ ਗਾਂਧੀ ਨੇ ਕਿਹਾ ਕਿ ਇਸ ਸਮੇ ਅਜਿਹੀ ਐਜੂਕੇਸ਼ਨ ਸਿਸਟਮ ਦੀ ਲੋੜ ਹੈ ਜੋ ਕਿ ਬੱਚਿਆਂ ਨੂੰ ਵਿਦਿਆਰਥੀਆਂ ਨੂੰ ਇੱਕ ਅਜਿਹੀ ਸੋਚ ਦੇਵੇ ਦਿਸ਼ਾ ਦੇਵੇ ਜੋ ਉਹ ਵਧੀਆ ਤਰੀਕੇ ਨਾਲ ਹੋਰ ਸੋਚ ਸਕਣ ਇੰਡੀਪੈਂਡੈਂਟਲੀ ਸੋਚ ਸਕਣ ਬਜਾਏ ਕਿ ਹਰ ਕੋਈ ਇਹ ਸੋਚੇ ਕਿ ਉਹ IAS ਅਫੀਸਰ ਬੰਨਾ ਚਾਹੁੰਦਾ ਹੈ ਇਹ ਪੋਸੀਬਲ ਨਹੀਂ ਹੈ ਉਹਨਾਂ ਨੂੰ ਇੰਡੀਪੈਂਡੈਂਟਲੀ ਹੋਰ ਬਿਜ਼ਨਸ ਬਾਰੇ ਵੀ ਸੋਚਣਾ ਚਾਹੀਦਾ ਹੈ ਅਜਿਹੇ ਕੰਮ ਜੋ ਹਰ ਕੋਈ ਕਰ ਰਿਹਾ ਹੈ ਉਸ ਤੋਂ ਇਲਾਵਾ ਕੁਝ ਹਟਕੇ ਵੀ ਸੋਚਣਾ ਚਾਹੀਦਾ ਹੈ ਜਿਸ ਕਰਕੇ ਉਹਨਾਂ ਦਾ ਫਿਊਚਰ ਹੋਰ ਵਧੀਆ ਹੋ ਸਕੇ ਇਸ ਤੋਂ ਬਾਅਦ ਇੱਕ ਹੋਰ ਸਵਾਲ ਰਾਹੁਲ ਗਾਂਧੀ ਨੂੰ ਕੀਤਾ ਗਿਆ ਜਿਸ ਵਿੱਚ ਇਹ ਪੁੱਛਿਆ ਗਿਆ ਕਿ ਜਦੋਂ ਰਾਹੁਲ ਗਾਂਧੀ ਵੱਲੋਂ ਭਾਰਤ ਜੋੜੋ ਯਾਤਰਾ ਸ਼ੁਰੂ ਕੀਤੀ ਗਈ ਸੀ ਤਾਂ ਵਿਰੋਧੀਆਂ ਦੀ ਬਜਾਏ ਉਹਨਾਂ ਦੇ ਕੁਝ ਆਪਣੇ ਹੀ ਪਾਰਟੀ ਦੇ ਆਗੂਆਂ ਵੱਲੋਂ ਉਹਨਾਂ ਨੂੰ ਕਿਹਾ ਗਿਆ ਸੀ ਕਿ ਉਹ ਇਹ ਯਾਤਰਾ ਪੂਰੀ ਨਹੀਂ ਕਰ ਪਾਣਗੇ ਉਹਨਾਂ ਤੇ ਤੰਜ ਕਸੇ ਗਏ ਸਨ ਪਰ ਹੁਣ ਇਹ ਉਹ ਯਾਤਰਾ ਆਲਮੋਸਟ ਪੂਰੀ ਕਰਨ ਵਾਲੇ ਨੇ ਤੇ ਹੁਣ ਉਹ ਕੀ ਸੋਚਦੇ ਨੇ ਉਹਨਾਂ ਦੇ ਜਿਹੜੇ ਵਿਰੋਧੀਆਂ ਦਾ ਕਹਿਣਾ ਹੈ ਉਹਨਾਂ ਦੇ ਕੁਝ ਹੋਰ ਆਗੂਆਂ ਦਾ ਕਹਿਣਾ ਹੈ ਕਿ ਰਾਹੁਲ ਗਾਂਧੀ ਵਿੱਚ ਬਹੁਤ ਬਦਲਾਅ ਆ ਚੁੱਕਿਆ ਹੈ ਤੇ ਉਹਨਾਂ ਨੇ ਪੁੱਛਿਆ ਕਿ ਰਾਹੁਲ ਗਾਂਧੀ ਤੁਹਾਨੂੰ ਕੀ ਮਹਿਸੂਸ ਹੁੰਦਾ ਹੈ ਕਿ ਤੁਹਾਡੇ ਵਿੱਚ ਕੀ ਬਦਲਾਅ ਆਇਆ ਇਸ ਸਵਾਲ ਦੇ ਜਵਾਬ ਵਿੱਚ ਰਾਹੁਲ ਗਾਂਧੀ ਨੇ ਕਿਹਾ ਕਿ ਉਹ ਹਰ ਰੋਜ਼ ਕੁਝ ਨਾ ਕੁਝ ਨਵਾਂ ਸਿੱਖਦੇ ਰਹਿੰਦੇ ਨੇ ਨਵਾਂ ਜਾਣਦੇ ਰਹਿੰਦੇ ਨੇ ਨੌਲੇਜ ਹਾਸਲ ਕਰਦੇ ਨੇ ਆਮ ਬਦਲਾਵ ਤਾਂ ਆਉਂਦੇ ਹੀ ਰਹਿੰਦੇ ਨੇ ਪਰ ਅਜੇ ਤੱਕ ਉਹਨਾਂ ਦੀ ਨੀਂਹ ਵਿੱਚ ਬਦਲਾਵ ਨਹੀਂ ਆਇਆ ਉਹਨਾਂ ਦੀ ਫਾਊਂਡੇਸ਼ਨ ਵਿੱਚ ਕੋਈ ਬਦਲਾਵ ਨਹੀਂ ਆਇਆ ਹਾਲਾਂਕਿ ਉਹਨਾਂ ਦੀ ਸੋਚ ਹੋਰ ਬਿਹਤਰ ਹੋ ਰਹੀ ਹੈ ਉਹਨਾਂ ਦੀ ਦਿਸ਼ਾ ਵਿੱਚ ਹੋਰ ਬਦਲਾਵ ਹੋ ਰਿਹਾ ਹੈ ਰਾਹੁਲ ਗਾਂਧੀ ਨੇ ਕਿਹਾ ਕਿ ਉਹ ਹਰ ਰੋਜ਼ ਸਿੱਖਦੇ ਨੇ ਤੇ ਅੱਗੇ ਵੀ ਸਿੱਖਦੇ ਰਹਿਣਗੇ ਤੇ ਆਪਣੇ ਵਿਰੋਧੀਆਂ ਤੋਂ ਵੀ ਉਹ ਸੇਧ ਲੈਂਦੇ ਰਹਿੰਦੇ ਨੇ ਇਸ ਲਈ ਹਰ ਇੱਕ ਨੂੰ ਆਪਣੀ ਜ਼ਿੰਦਗੀ ਵਿੱਚ ਹਰ ਨਵੇਂ ਦਿਨ ਕੁਝ ਨਾ ਕੁਝ ਸਿੱਖਣਾ ਚਾਹੀਦਾ ਹੈ ਆਪਣੇ ਵਿੱਚ ਬਦਲਾਵ ਕਰਨੇ ਚਾਹੀਦੇ ਨੇ ਚੰਗੀਆਂ ਚੰਗੇ ਬਦਲਾਵ ਕਰਨੇ ਚਾਹੀਦੇ ਚੰਗੀਆਂ ਆਦਤਾਂ ਪਾਉਣੀਆਂ ਚਾਹੀਦੀਆਂ ਨੇ ਪੰਜਾਬ ਦੀ ਗੱਲ ਕੀਤੀ ਜਾਵੇ ਤਾਂ ਪੰਜਾਬ ਵਿੱਚ ਅਜੇ ਇਹ ਯਾਤਰਾ ਪਹੁੰਚਣੀ ਹੈ 11 ਜਨਵਰੀ ਨੂੰ ਪੰਜਾਬ ਵਿੱਚ ਇਸ ਯਾਤਰਾ ਨੂੰ ਹੁੰਗਾਰਾ ਮਿਲੇਗਾ ਜਾਂ ਨਹੀਂ ਮਿਲੇਗਾ ਇਹ ਦੇਖਣ ਵਾਲੀ ਗੱਲ ਹੋਵੇਗੀ ਫਿਲਹਾਲ ਰਾਹੁਲ ਗਾਂਧੀ ਨੇ ਕੁਝ ਸਵਾਲਾਂ ਦੇ ਜਵਾਬ ਦੇ ਦਿੱਤੇ ਨੇ ਤੇ ਹੁਣ ਜਦੋਂ 11 ਜਨਵਰੀ ਨੂੰ ਇਹ ਯਾਤਰਾ ਪੰਜਾਬ ਵਿੱਚ ਪਹੁੰਚੇਗੀ ਤਾਂ ਲੋਕਾਂ ਵੱਲੋਂ ਇਸ ਨੂੰ ਕੀ ਹੁੰਗਾਰਾ ਦਿੱਤਾ ਜਾਵੇਗਾ ਉਹ ਦੇਖਣਾ ਹੋਵੇਗਾ ਫਿਲਹਾਲ ਇਸ ਰਿਪੋਰਟ ਦੇ ਵਿੱਚ ਇਨਾ ਹੀ ਤੁਸੀਂ ਇਸੇ ਤਰ੍ਹਾਂ ਦੇਖਦੇ ਰਹੋ ABC ਪੰਜਾਬ